ਹੈਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਤੱਕ ਕੀ ਖਬਰ ਆਈ ਇੱਥੋਂ ਦੀ ਜੇਲ੍ਹ ਬਾਰੇ ਇਹ ਆਈ ਆ ਵੀ ਇਹ ਸਮਾਨ ਫੜਿਆ ਇਹਨਾਂ ਕੋਲੋਂ ਇੱਥੇ ਨਹੀਂ ਉਹ ਝੂਠਿਆ ਇੱਥੇ ਇਹਨਾਂ ਨੇ ਮੁਖੀਆ ਕੈਮਰੇ ਲਾਏ ਸੀ ਭਾਈ ਸਾਹਿਬ ਦੀ ਬੈਰਕ ਦੇ ਵਿੱਚ ਆਹੋ ਉਹ ਫਿਰ ਇਹਦੇ ਇਹਨਾਂ ਦੇ ਮਾਤਾ ਜੀ ਨੇ ਸਾਰਾ ਕੀਤਾ ਡਿਟੇਲ ਚ ਅੱਛਾ ਵੀ ਇਹਨਾਂ ਨੇ ਜਿੱਦਾਂ ਕੈਮਰੇ ਲਾਏ ਆ ਬੋਲਿਆ ਇਹਨਾਂ ਨੇ ਫਿਰ ਆਪਣਾ ਉਹਦੇ ਤੇ ਖਾਰੇ ਨੇ ਵੀ ਬੋਲਿਆ ਵਾ ਬਸੰਤ ਨੇ ਤੇ ਪਾਣੀ ਪੀਣਾ ਵੀ ਛੱਡਿਆ ਬਿਮਾਰ ਨਾ ਹੋ ਜਾਵੇ ਕੋਈ ਨੀ ਬਿਮਾਰ ਨੂੰ ਕੁਛ ਨੀ ਹੁੰਦਾ ਡਿਮਾਂਡ ਸਾਡੀ ਇਹ ਆ ਵੀ ਅਸੀਂ ਤਾਂ ਛਕਾਂਗੇ ਸਾਨੂੰ ਪੰਜਾਬ ਲੈ ਕੇ ਜਾਓ ਇੱਥੋਂ ਤਾਂ ਨੀ ਛਕਣਾ ਲਿਆਓ ਬਸ ਫਤਿਹ ਬੁਲਾ ਦਿਓ ਬਾਕੀ ਸਾਰਿਆਂ ਕਰਨੀ ਗੱਲ ਔਰ ਰਾਜਵਿੰਦਰ ਤੇ ਦੇਈ ਦਲਾਵਰ ਲੈਣਾ ਸੀ ਤੇ ਫੇਰ ਦੇ ਟੈਨਸ਼ਨ ਚ ਪਏ ਆ ਤੇ ਅਰਵਿੰਦਰ ਦਾ ਆਉਂਦਾ ਫੋਨ ਉਹ ਵਿਚਾਰੀ ਬੜੀ ਟੈਨਸ਼ਨ ਲੈਂਦੀ ਹੁਣ ਮੈਨੂੰ ਦੱਸ ਦੋਗੇ ਨਹੀਂ ਤੁਸੀਂ ਸਾਰਿਆਂ ਦੱਸ ਦਿਓ ਬਾਕੀ ਸਭ ਠੀਕ ਆ ਥੋੜਾ ਢਿੱਡ ਨੂੰ ਖਿੱਚ ਪੈਂਦੀ ਆ ਸਿਰ ਦੁਖਦਾ ਵੱਧਦਾ ਤੇ ਪਾਣੀ ਪੀ ਜਾਣ ਦੇ ਆ ਬਸ ਇਹਨਾਂ ਨੂੰ ਨਹੀਂ ਪਤਾ ਵੀ ਭੁੱਖੇ ਬੈਠੇ ਆ ਇਹਨਾਂ ਨੂੰ ਪਤਾ ਨਹੀਂ ਓਏ ਸਭ ਪਤਾ ਵਾ ਕੋਈ ਨਹੀਂ ਬਾਅਦ ਚ ਜੇ 2 ਮਿੰਟ ਬਾਅਦ ਚ ਵੀ ਕਰੂੰਗਾ ਕਾਲ ਤੁਸੀਂ ਬਸ ਇਹ ਆ ਵੀ ਸਾਰਿਆਂ ਨੂੰ ਦੱਸੋ ਟੱਬਰਾਂ ਨੂੰ ਕਾਲ ਕਰਕੇ ਵੀ ਫੋਨ ਸ਼ੁਰੂ ਹੋ ਗਿਆ ਤੇ ਸਾਰੇ ਕਾਲ ਕਰਨਗੇ ਥੋੜੀ ਥੋੜੀ ਤੇ ਭੁੱਖ ਹੜਤਾਲ ਸਾਡੀ ਜਾਰੀ ਤੀਜਾ ਦਿਨ ਆ ਇਹ ਸੁਣਵਾਈ ਕੋਈ ਨੀ ਕਰ ਰਿਹਾ ਅੱਛਾ ਸਾਡੀ ਸਾਡੀ ਮੰਗ ਇੱਕੋ ਇੱਕ ਆ ਵੀ ਅਸੀਂ ਤਾਂ ਰੋਟੀ ਖਾਵਾਂਗੇ ਜੇ ਸਾਨੂੰ ਪੰਜਾਬ ਲੈ ਕੇ ਆਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਹੋਰ ਚੜ੍ਹਦੀ ਕਲਾ ਚੜ੍ਹਦੀ ਕਲਾ ਤੁਹਾਡੀ ਕਿਸ ਕਿਰਪਾ ਮਹਾਰਾਜ ਦੀ ਚੜ੍ਹਦੀ ਕਲਾ ਮੰਮਾ ਲੱਗ ਗਿਆ ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਜੀ ਸਭ ਚੜ੍ਹਦੀ ਕਲਾ ਚਲੋ ਬਾਅਦ ਚ ਕਰਦੇ ਆ ਥੋੜੀ ਥੋੜੀ ਬੰਦੇ ਗੱਲ ਕਰ ਲੈਣ ਪਹਿਲਾਂ ਨਹੀਂ ਤੁਸੀਂ ਪ੍ਰਸ਼ਾਦਾ ਛਕਿਆ ਕਿ ਨਹੀਂ ਨਹੀਂ ਪ੍ਰਸ਼ਾਦਾ ਤੀਜਾ ਦੇਣਾ ਭੁੱਖ ਹੜਤਾਲ ਦਾ ਬਿਲਕੁਲ ਕੱਲਾ ਪਾਣੀ ਪੀਣ ਡਿਆ ਬਸੰਤ ਨੇ ਪਾਣੀ ਛੱਡਿਆ ਵਾ ਉਹ ਆਹੋ ਬਾਕੀਆਂ ਵੀ ਛੱਡਿਆ ਭਾਈ ਸਾਹਿਬ ਵੀ ਤੇ ਏਦਾਂ ਵੀ ਤੇ ਉਹ ਬਸੰਤ ਦੇ ਸਗੋਂ ਪੀੜ ਉੱਠਣ ਡੀ ਆ ਵੱਖੀ ਜੇ ਤੇ ਉਹ ਗਲੂਕੋਸ ਲਵਾ ਲਓ ਤੇ ਕੋਈ ਗਲੂਕੋਸ ਨੀ ਲਵਾਉਣ ਡਿਆ ਬੰਦਾ ਅਸੀਂ ਵੀ ਨਾ ਛੱਡ ਦਈਏ ਚਲੋ ਤੁਸੀਂ ਇਹ ਗੱਲ ਰੱਖੋ ਵੀ ਜਿਹੜੀ ਸਾਡੀ ਡਿਮਾਂਡ ਹੈ ਪੱਤਰਕਾਰਾਂ ਨਾਲ ਗੱਲ ਕਰੋ ਉਹ ਬੀਬੀਸੀ ਵਾਲੇ ਨਾਲ ਗੱਲ ਕਰੋ ਜਿਸ ਮੇਰਾ ਨਾਂ ਲੈ ਕੇ ਆ ਤੇ ਵੀ ਗੱਲ ਆਈ ਫੋਨ ਆਇਆ ਕਿ ਸਾਡੀ ਡਿਮਾਂਡ ਇਹ ਆ ਵੀ ਬੰਦੇ ਜਿਹੜੇ ਪੰਜਾਬ ਲੈ ਕੇ ਉਹ ਸਾਨੂੰ ਇੱਥੇ ਯਕੀਨ ਨੀ ਗਾ ਸਾਡੇ ਤੇ ਖੁਫੀਆ ਕੈਮਰੇ ਲਾਏ ਇਹਨਾਂ ਨੇ ਭਾਈ ਸਾਹਿਬ ਦੀ ਬੈਰਕ ਤੇ ਹੋਰਾਂ ਚੋਂ ਵੀ ਜਿਹੜੇ ਖੁਫੀਆ ਕੈਮਰੇ ਫੜੇ ਗਏ ਆ ਬਾਥਰੂਮ ਤੱਕ ਇਹ ਪਹੁੰਚ ਗਏ ਆ ਖੁਫੀਆ ਕੈਮਰੇ ਲਾ ਕੇ ਤੇ ਉਹਦੀਆਂ ਡੋਂਗਲ ਲਾ ਕੇ ਤੇ ਪਿੱਛੇ ਸਰਕਾਰ ਵਿੰਦੀ ਸੀ ਅੱਛਾ ਪਹਿਲਾਂ ਦੇ ਲੱਗੇ ਸੀ ਹੁਣ ਲਾਈਲਾਂ ਦੇ ਲੱਗੇ ਸੀ ਕਿ ਹੁਣ ਲਾਏ ਯਾਰ ਵੇਖੋ 16 ਤਰੀਕ ਦੀ ਸ਼ਾਮ ਅਸੀਂ ਲਿਆ ਫੜ ਇਹਨਾਂ ਨੂੰ 16 ਦੀ ਦੁਪਹਿਰ ਇਹਨਾਂ ਨੇ ਨਾ ਵਾਇਰਿੰਗ ਜਿਹੜੀ ਆ ਉਹਦੇ ਕਰਨ ਬਹਾਨੇ ਬਾਹਰੋਂ ਪੁਲਿਸ ਆਈ ਆ ਕੇਸ ਉਠਾ ਕੇ ਠੀਕ ਆ ਤੇ 16 ਦੀ ਸ਼ਾਮ ਜਦੋਂ ਫੜ ਤੇ ਅਸੀਂ ਚਿੱਠੀ ਲਿਖ ਕੇ ਤੇ ਕਿਹਾ ਵੀ ਆਹ ਕੁਛ ਕਰ ਦਿੱਤਾ ਨਾਲੇ ਸੁਪਰਡੈਂਟ ਦੀ ਹਾਜ਼ਰੀ ਚ ਇੱਕ ਕੈਮਰਾ ਪਟਾਇਆ ਵੀ ਆਹ ਵੇਖ ਲਾ ਅੱਛਾ ਜੀ ਉਹ ਤੋਂ ਬਾਅਦ ਸਵੇਰੇ 17 ਦੀ ਸਵੇਰੇ ਖਾਰੇ ਨੂੰ ਵੀ ਦੱਸਤਾ ਬਾਅਦ ਚ ਇਹਨਾਂ ਨੇ 50-60 ਪੁਲਿਸ ਵਾਲੇ ਲਿਆ ਕੇ ਤੇ ਕੋਲੋਂ ਲਿਆ ਕੇ ਫੋਨ ਰੱਖਤੇ ਤੇ ਉਹ ਕਹਿਤਾ ਜੀ ਇਹਨਾਂ ਕੋਲ ਆਹ ਫੜਿਆ ਗਿਆ ਕੋਲੋਂ ਲੈ ਕੇ ਆਏ ਫੋਨ ਇਹਨਾਂ ਨੇ ਕੋਲੋਂ ਸਾਰਾ ਕੀਤਾ ਤੇ ਗੁਰਮੀਤ ਦੇ ਭਣੇਵੇਂ ਦੀ ਨਿੱਕੀ ਜੀ ਘੜੀ ਸੀ 40 ਰੁਪਈਆਂ ਦੀ ਉਹਨੂੰ ਸਮਾਰਟ ਵਾਚ ਕਹਿਤਾ ਇਹਨਾਂ ਖਬਰ ਲਵਾਈ ਸਾਡੇ ਖਿਲਾਫ ਹਾਂਜੀ ਹਾਂਜੀ ਉਹ ਖਬਰ ਵੇਖੀ ਆ ਤੇ ਚੈਨਲ ਤੇ ਚੱਲਣ ਡਈ ਕਿ ਇਹਨਾਂ ਕੋਲ ਸਮਾਨ ਫੜਿਆ ਗਿਆ ਜਿੰਨੀ ਸੁਣੋ ਜਿੰਨੀ ਤੁਹਾਨੂੰ ਮੈਂ ਗੱਲ ਦੱਸਦੀ ਆ ਹੁਣ 3 ਦਿਨਾਂ ਦਾ ਭੁੱਖ ਹੜਤਾਲ ਸਾਡੀ ਚੱਲ ਰਹੀ ਆ ਚੱਲਦੀ ਰਹਿਣੀ ਆ ਸਾਰੇ ਪਾਸੇ ਗੱਲ ਤੋਰੋ ਸਾਰੇ ਟੱਬਰਾਂ ਨੂੰ ਦੱਸੋ ਮੀਡੀਆ 'ਚ ਦੱਸੋ ਵੱਧ ਤੋਂ ਵੱਧ ਗੱਲ ਤੋਰੋ ਸਾਡੀ ਚਲੋ ਠੀਕ ਆ ਨਹੀਂ ਤਾਂ ਆਡੀਓ ਭੇਜ ਦਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਫਤਿਹ।